हाँ मतलब दे ऑल्सो वॉन्टेड आई ऑल्सो वॉन्टेड बट इट जस्ट डिडंट हैपन एंड एंड जो उन्होंने दी होई एट द सेम टाइम आई वॉज शूटिंग गल वकड़ी सो बिल्कुल ही ना वो हो गया कि वो हो ही नहीं पाया अभी आई वॉज टॉकिंग टू तरन थोड़े दिन पहला ही एंड आई वॉज टॉकिंग टू मेही कि आप ना ट्राई किया दैट वी यू नो वी गेट टू डू दिस फिल्म टूगैदर येस आई एम स्टूडेंट बट नहीं हो पाया विच इज फाइन यानी कि बेनती ला लो मेरा मैसेज ला लो जिन्हें मेरे चाहने वाले ने यानी कि मैं कहने की तो लोड़ नहीं पे लोड़ नहीं है क्योंकि तुम सारी इन्ना प्यार करते मैं यानी कि मैं कोई मैंडी तक्खड़ की जगह सिद्धू नाल बॉलीवुड की वड्डी एक्ट्रेस हो इस बारे पूरी खबर जानने तो पहला जेकर तुसी भी सिद्धू की यस आई एम स्टूडेंट मूवी पसंद करदे हो तां साडी इस वीडियो नूं वध तों वध शेयर अते लाइक करना ना भुलना ताज़ा खबरां दी जानकारी लई साडे चैनल नूं सबसक्राइब भी जरूर कर लेना जी हाँ दोस्तों लग रहा कि मूसेवाले वल्लों हुण एक तों बाद एक पता नहीं किन्नियां गुड न्यूज़ आ सकदियां हन पहलां यस आई एम स्टूडेंट मूवी ते मूसा जट दा सुपरहिट होना उस तों बाद अपने पुराने साथियां सनी मार्टन ते बिग बर्ड नाल सिद्धू दे दोबारा रीयूनियन दी खबर जो कि सब नूं हैरान भी कर गई अते हुण दस्सिया जा रहा है कि सिद्धू दी मूवी यस आई एम स्टूडेंट दा सीक्वल बनाया जा सकदा है जिस बारे एक तरह ऐलान भी कर दिता गया मूवी दे डायरैक्टर तरनवीर जगपाल लगातार मूवी दे सुपरहिट होण दी अपडेट भी ਦਿੰਦੇ ਰਹਿੰਦੇ ਹਨ ਤੇ ਬਾਕਸ ਆਫਿਸ ਕਲੈਕਸ਼ਨ ਵੀ ਸਿਰਫ 3 ਦਿਨ ਵਿੱਚ 6.5 ਕਰੋੜ ਤੱਕ ਚਲੇਗੀ ਲੱਗ ਰਿਹਾ ਕਿ ਇਸ ਰਿਸਪੌਂਸ ਨੂੰ ਦੇਖਦੇ ਹੋਏ ਹੀ ਟੀਮ ਵੱਲੋਂ ਫੈਸਲਾ ਲਿਆ ਗਿਆ ਹੋ ਸਕਦਾ ਹੈ ਕਿ ਇਸੇ ਮੂਵੀ ਦਾ ਸੈਕੰਡ ਪਾਰਟ ਵੀ ਬਣਾਇਆ ਜਾਵੇ ਅਸਲ ਵਿੱਚ ਮੈਂਡੀ ਤੱਖੜ ਜੋ ਕਿ ਇਸ ਮੂਵੀ ਵਿੱਚ ਸਿੱਧੂ ਨਾਲ ਲੀਡ ਰੋਲ ਕਰ ਰਹੇ ਸਨ ਉਹਨਾਂ ਤੋਂ ਫੈਨਸ ਵੱਲੋਂ ਜਦੋਂ ਪੁੱਛਿਆ ਗਿਆ ਕਿ ਕੀ ਇਸ ਮੂਵੀ ਦਾ ਦੂਸਰਾ ਪਾਰਟ ਵੀ ਆਵੇਗਾ ਤਾਂ ਉਸ ਸਮੇਂ ਮੈਂਡੀ ਨੇ ਕਿਹਾ ਕਿ ਇਹ ਤਾਂ ਡਾਇਰੈਕਟਰ ਅਤੇ ਰਾਈਟਰ ਹੀ ਦੱਸ ਸਕਦੇ ਹਨ ਕਿਉਂਕਿ ਇਸ ਦਾ ਡਿਸੀਜਨ ਉਹਨਾਂ ਦਾ ਹੀ ਹੁੰਦਾ ਹੈ ਤੇ ਇਸੇ ਤੇ ਡਾਇਰੈਕਟਰ ਨੇ ਜਵਾਬ ਦਿੱਤਾ ਤਰਨਵੀਰ ਜਗਪਾਲ ਨੇ ਪੋਸਟ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਿਆਂ ਲਿਖਿਆ ਵੈਰੀ ਸੂਨ ਭਾਵ ਕਿ ਜਲਦ ਹੀ ਇਸ ਬਾਰੇ ਅਫੀਸ਼ੀਅਲ ਅਨਾਉਂਸਮੈਂਟ ਵੀ ਕਰ ਦਿੱਤੀ ਜਾਵੇਗੀ ਮੈਂ ਕਹਿੰਦਾ ਜਿੰਨਾ ਚਿਰ ਸਾਡਾ ਟਾਈਮ ਨਹੀਂ ਹੁੰਦਾ ਚਾਹੇ ਹਾਥੀ ਲੰਘ ਜੇ ਜਦੋਂ ਸਾਡਾ ਟਾਈਮ ਆ ਗਿਆ ਪੁੱਤ ਪੱਤਾ ਨਹੀਂ ਹਿੱਲਣ ਦਿੰਦੇ ਉਹ ਛੱਡੋ ਲਫਾਫੇ ਕੱਦੀ ਵਾਰੀ ਫੂਕਦੇ ਹੁਣ ਸਾਰੀ ਵਾਰੀ ਨਹੀਂ ਫੂਕਦੇ ਜਿਹੜਾ ਪਿਆਰ ਕਰਦਾ ਉਹਨੂੰ ਪਿਆਰ ਕਰੋ ਜਿਹੜਾ ਨਹੀਂ ਕਰਦਾ ਫਿਰ ਢਾ ਲਓ ਆਹੀ ਸਕੀਮ ਆ ਗਈ ਯਾਰ ਆਪਣਾ ਤਾਂ ਕੰਮ ਹੀ ਹੈ ਆਪਣਾ ਕਲਾ ਕੁਲਾ ਕਰੀ ਨਾਲ ਬੜਾ ਮਕਸਦ ਨਹੀਂ ਆ ਪਤਾ ਘੇਰ ਘੇਰੀ ਦੇਖਣਾ ਵੀ ਆਜੋ ਜਿਹਨੇ ਹੁਣ यस आई एम स्टूडेंट 2 ਦੇ ਬਾਰੇ ਖਬਰ ਆਉਣ ਤੋਂ ਬਾਅਦ ਲਗਾਤਾਰ ਕਿਆਸ ਲਗਾਏ ਜਾਣ ਲੱਗੇ ਹਨ ਕਿ ਕੀ ਇਸ ਮੂਵੀ ਵਿੱਚ ਸਿੱਧੂ ਨਾਲ ਮੈਂਡੀ ਤੱਖੜ ਹੀ ਕੰਮ ਕਰਦੇ ਨਜ਼ਰ ਆਉਣਗੇ ਜਾਂ ਫਿਰ ਸਿੱਧੂ ਕਿਸੇ ਨਵੀਂ ਐਕਟਰੈਸ ਨੂੰ ਮੌਕਾ ਦੇਵੇਗਾ ਜਿਵੇਂ ਕਿ ਸਿੱਧੂ ਦੇ ਨਾਲ ਕੁਝ ਸਮਾਂ ਪਹਿਲਾਂ ਬਾਲੀਵੁੱਡ ਐਕਟਰ ਸਾਰਾ ਅਲੀ ਖਾਨ ਦੇ ਕਿਸੇ ਪ੍ਰੋਜੈਕਟ ਦੀ ਖਬਰ ਵੀ ਸਾਹਮਣੇ ਆਉਣ ਲੱਗੀ ਸੀ ਹਾਲਾਂਕਿ ਸਿੱਧੂ ਦੀ ਇਸ ਮੂਵੀ ਲਈ ਪਹਿਲਾਂ ਐਕਟਰੈਸ ਵਾਮਿਕਾ ਗਾਬੀ ਨੂੰ ਲੈਣ ਬਾਰੇ ਸੋਚਿਆ ਗਿਆ ਸੀ ਪਰ ਕਿਸੇ ਕਾਰਨ ਉਹਨਾਂ ਨੂੰ ਮੂਵੀ ਛੱਡਣੀ ਪਈ ਤੇ ਫਿਰ ਇਹ ਮੈਂਡੀ ਤੱਖੜ ਕੋਲ ਆਈ ਪਰ ਜੇਕਰ ਇਸ ਵਾਰ ਸਿੱਧੂ ਕਿਸੇ ਵੱਡੀ ਐਕਟਰੈਸ ਨੂੰ ਵੀ ਆਪਣੇ ਨਾਲ ਲੈ ਕੇ ਆਉਂਦਾ ਇਸ ਮੂਵੀ ਵਿੱਚ ਤਾਂ ਉਹ ਵੀ ਵੱਡੀ ਗੱਲ ਹੋ ਸਕਦੀ ਹੈ ਪੰਜਾਬੀ ਇੰਡਸਟਰੀ ਲਈ ਐਂਡ ਜਦੋਂ ਉਹਨਾਂ ਦੀ ਹੋਈ ਐਟ ਦ ਸੇਮ ਟਾਈਮ ਆਈ ਵਾਸ ਸ਼ੂਟਿੰਗ ਗੱਲ ਵਕੜੀ ਸੋ ਬਿਲਕੁਲ ਹੀ ਨਾ ਉਹ ਹੋ ਗਿਆ ਕਿ ਉਹ ਹੋ ਹੀ ਨਹੀਂ ਪਾਇਆ ਵੀ ਆਈ ਵਾਸ ਟਾਕਿੰਗ ਟੂ ਤਰਨ ਥੋੜੇ ਦਿਨ ਪਹਿਲਾਂ ਹੀ ਐਂਡ ਆਈ ਵਾਸ ਟਾਕਿੰਗ ਟੂ ਮੇਹੀ ਕਿ ਆਪਾਂ ਕਿੰਨਾ ਟਰਾਈ ਕੀਤਾ ਦੈਟ ਵੀ ਯੂ ਨੋ ਵੀ ਗੈਟ ਟੂ ਡੂ ਦਿਸ ਫਿਲਮ ਟੁਗੈਦਰ ਯੈਸ ਆਈ ਐਮ ਸਟੂਡੈਂਟ ਬਟ ਨਹੀਂ ਹੋ ਪਾਇਆ ਵਿਚ ਇਜ਼ ਫਾਈਨ ਤੇ ਦੋਸਤੋ ਤੁਹਾਡਾ ਕੀ ਕਹਿਣਾ ਕਿ ਸਿੱਧੂ ਜੇਕਰ ਯੈਸ ਆਈ ਐਮ ਸਟੂਡੈਂਟ ਮੂਵੀ ਦਾ ਸੈਕਿੰਡ ਪਾਰਟ ਵੀ ਬਣਾਉਂਦਾ ਤਾਂ ਉਸਨੂੰ ਦੂਸਰੀ ਕੋਈ ਐਕਟਰੈਸ ਲੈਣੀ ਚਾਹੀਦੀ ਹੈ ਜਾਂ ਮੈਂਡੀ ਵੀ ਸਹੀ ਰਹਿਣਗੀ ਇਸ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ ਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ ਧੰਨਵਾਦ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ